ਅਸਲੀ ਗੁਨਾਹਗਾਰ ਧਰਮ ਦੀ ਭੈਣ ਬਣੀ ਸਰਕਲ ਪ੍ਰਧਾਨ ਬੀਬੀ ਦਰਸ਼ੋ ਤੇ ਕਰਤਾਰ ਸਿੰਘ ਨੂੰ ਬੜਾ ਮਾਨ ਸੀ ਕਿਉਂਕਿ ਬੀਬੀ ਜੀ ਦੇ ਸਰਕਾਰੀ ਦਰਬਾਰੇ ਚੰਗੀ ਚੱਲਦੀ ਸੀ ਦੋਵਾਂ ਪਰਿਵਾਰਾਂ ਦਾ ਬੜਾ ਨੇੜ ਸੀ ਦੁੱਖ ਸੁੱਖ ਦੇ ਸਾਂਝੀ ਸਨ 6ਵੀਂ ਜਮਾਤ ਚ ਪੜਦਾ ਕਰਤਾਰ ਸਿੰਘ ਦਾ ਮੁੰਡਾ ਛਿੰਦਾ ਗਵੰਡੀਆਂ ਦੇ ਘਰ ਚੋਰੀ ਕਰਦਾ ਫੜਿਆ ਗਿਆ ਪੁਲਿਸ ਨੇ ਉਹ ਤੋਂ ਚੋਰੀ ਦਾ ਸਮਾਨ 40000 ਰੁਪਇਆ ਤੇ 13 ਟੋਲੇ ਸੋਨਾ ਬਰਾਮਦ ਕਰ ਲਿਆ ਸੀ ਜੋਈਂ ਬੀਬੀ ਦਰਸ਼ ਨੂੰ ਘਟਨਾ ਦਾ ਪਤਾ ਲੱਗਾ ਤਾਂ ਉਹ ਰਾਤੋਂ ਰਾਤ ਐਮ.ਐਲ.ਏ ਦੀ ਸਿਫਾਰਿਸ਼ ਕਰਾ ਕੇ ਛਿੰਦੇ ਨੂੰ ਛੁਡਵਾ ਲਿਆਈ। ਭਰਾ ਦੇ ਘਰ ਪੈਣ ਦਾ ਮਾਣ ਹੋਰ ਵੀ ਵੱਧ ਗਿਆ। 12 ਜਮਾਤਾਂ ਕਰਨ ਤੋਂ ਬਾਅਦ ਅੱਜ ਛਿੰਦਾ 슈ਗਰ ਮਿਲ ਚ ਨੌਕਰੀ ਤੇ ਗਿਆ ਪਰ ਘਰ ਨਾ ਪਰਤਿਆ। ਥਾਣੇ 'ਚੋਂ ਫੋਨ ਆਇਆ। ਤੁਹਾਡਾ ਮੁੰਡਾ ਚੋਰੀ ਤੇ ਮੋਟਰਸਾਈਕਲ ਤੇ ਪਿਸਤੌਲ ਸਣੇ ਫੜਿਆ ਗਿਆ। ਘਰਦਿਆਂ ਦੇ ਪਹੁੰਚਣ ਤੱਕ ਪੁਲਿਸ ਨੇ ਚੋਰੀ ਦੇ ਨਾਲ ਨਸ਼ਾ ਵੇਚਣ ਦਾ ਵੀ ਕੇਸ ਬਣਾ ਕੇ ਸ਼ਿੰਦਾ ਜੇਲ੍ਹ ਭੇਜ ਦਿੱਤਾ ਸੀ ਕਰਤਾਰ ਸਿੰਘ ਸੋਚ ਰਿਹਾ ਸੀ ਮੇਰੇ ਪੁੱਤਰ ਨੂੰ ਇੱਥੋਂ ਤੱਕ ਪਹੁੰਚਾਉਣ ਵਾਲੀ ਬੀਬੀ ਦਰਸ਼ ਹੋਈ ਅਸਲੀ ਗੁਨਾਹਗਾਰ ਹੈ ਧੰਨਵਾਦ